ਪਤਾ ਲੈ ਲਾਡ ਕਰਦੀ ਵੀ ਵੀਰ ਕੀ ਆ ਵੀਰ ਆ ਨਾ ਵੀਰ ਕਿੰਨਾ ਸੋਹਣਾ ਕਹਿੰਦੀ ਵੀ ਸਵੇਰ ਦਾ ਟਾਈਮ ਪਹੁੰਚ ਗਿਆ ਆਪਾਂ ਕੰਮ 'ਤੇ ਕੰਧਾਂ ਲਾ ਦਿੱਤੀਆਂ ਸੀ ਕੱਲ੍ਹ ਆ ਲਾ ਕੇ ਗਏ ਸੀ ਅਤੇ ਹੁਣ ਇੱਧਰ ਦੇ ਕੰਮ ਕੀਤਾ ਸ਼ੁਰੂ ਅਤੇ ਆਹ ਵੀ ਕੰਧ ਕੱਲ੍ਹ ਲਾ ਗਏ ਸੀ ਆਪਾਂ ਕਰੋ ਚੈੱਕ ਕਿਵੇਂ ਦਾ ਡਿਜ਼ਾਇਨ ਮਾਰਵਲ ਲੁੱਕ ਦੀ ਮਾਰਵਲ ਸ਼ੀਟ ਲੁੱਕ ਹੀ ਬਹੁਤ ਘੈਂਟ ਆਉਂਦੀ ਹੈ ਇਹਦੇ ਫਲੂਟਰ ਪੈਨਲ ਲੱਗਣੇ ਆ ਇਹ ਅਜੇ ਆਉਣ ਡੇ ਅਜੇ ਆਏ ਨਹੀਂ ਗਏ ਅਜੇ ਫੋਨ ਲੱਗੀ 9 ਵੱਜ ਗਏ ਆਪਣੇ ਚਾਹ ਆ ਗਈ ਆਪਣੀ ਸਵੇਰ ਦੀ ਸਾਰੇ ਮੁੰਡੇ ਪੀਣ ਡੇ ਚਾਹ ਜਾਲੀ ਦਾ ਰੰਗ ਵੇ ਥੱਲੇ ਕਿੰਨੀ ਕਹਿਣਾ ਏਦਾਂ ਲਾ ਦੇ ਪਿਆ ਕੱਟਣ ਤੋਂ ਬਗੈਰ ਹੀ ਏਦਾਂ ਲਾ ਦੇ ਏਦਾਂ ਹੀ ਬੋਲੇ ਬੋਲੇ ਮੱਖਣ ਬੜਾ ਚਿੰਬੜਨ ਡਿਆ ਉਹ ਮੈਂ ਨਾ ਕੀ ਕਰ ਛੱਡਿਆ ਜੀ ਮੈਂ ਸਿੱਧੇ ਉੱਤੋਂ ਨਹੀਂ ਪੇਜ ਮਾਰ ਦੇਣਾ ਬੀਬੀ ਨਹੀਂ ਮੈਂ ਕਹਿਣ ਡਿਆ ਆਹੋ ਏਦਾਂ ਉੱਤੋਂ ਹੀ ਯੂ ਲਾ ਦਿੰਦੇ ਹਾਂ ਉਹ ਕਿਆ ਗੱਲਾਂ ਬਾਤਾਂ ਬਣਦੀਆਂ ਵੱਖਰੀ ਗੱਲਬਾਤ ਉਹ ਐਂਟੀ ਕਰਾ ਦਿੱਤੀ ਹੈਂ ਉੱਤੋਂ ਨਹੀਂ ਲਾ ਮੈਂ ਕਹਿਣ ਡਿਆ ਹੈ ਕਿ ਜਾਲੀ ਕਤਾਕ ਲਿਆਂਦੀ ਆਪਾਂ ਪੀ ਵੀ ਸੀ ਵਿੱਚ ਇਹ ਆਪਾਂ ਕਟਿੰਗ ਕਰ ਦੇਣੀ ਆ ਬਾਕੀ ਉਹ ਖਾਨੇ ਦੇ ਵਿੱਚ ਲਾਈਟਾਂ ਵਾਲੇ ਲੈਂਪ ਹੈਂਗਿੰਗ ਵਾਲੇ ਹੈ ਨਹੀਂ ਲੱਭਦੇ ਐਲ ਜਿੰਦਾਬਾਦ ਐਲ ਲੈਂਦੇ ਕਹਿੰਦੀ ਮੈਂ ਵੀ ਜਾਣਾ ਤਾਏ ਨਾਲ ਮੈਂ ਇਹਦੇ ਕਰਕੇ ਫਿਰ ਲਾਡ ਕਰਦੀ ਵੀਰ ਕੀ ਆ ਵੀਰ ਆ ਨਾ ਵੀਰ ਕਿੰਨਾ ਸੋਹਣਾ ਕਹਿੰਦੀ ਕਿਹਦਾ ਤੇ ਹਰ ਗੁਣ ਕਿੰਨਾ ਦੀ ਆ ਹਰ ਗੁਣ ਕਿੰਨਾ ਦੀ ਨਹੀਂ ਕਿੰਨਾ ਦੀ ਆ ਪਾਪਾ ਦੀ ਨੀਂਦ ਪੂਰੀ ਕਰ ਲਈ ਹੱਥ ਜੋੜ ਲਈ
ਉੱਠ ਕੇ ਚਾਹ ਪੀ ਲਈ ਯਾਰ ਗੁਣਾ ਪੀ ਲਈ ਆ ਫੁੱਫੂ ਬੜਾ ਸੋਹਣਾ ਕਹਿੰਦੀ ਉਹਨੂੰ ਕਹਿਣ ਨੀ ਡਈ ਅਰਗੁਣ ਫੁੱਫੂ ਕਹਿ ਫੁੱਫੂ ਦੁੱਧ ਪੀਣ ਡਿਆ ਹਾਂਜੀ ਚੰਗਾ ਭਾਜੀ ਸੋਹਣੇ ਸੋਹਣਿਆ ਕਿੱਥੇ ਆਇਆ ਸੀ ਕਿੱਥੇ ਆਇਆ ਸੀ ਸੋਹਣਾ ਨਾਨੀ ਕੋ ਆਇਆ ਸੋਹਣਾ ਨਾਨਕੇ ਆਇਆ ਸੀ ਸੋਹਣਾ ਗੰਡੇ ਗੰਡਾ ਬੁੱਗੂ ਬੁੱਗੂ 'ਚ ਨਹੀਂ ਹੈਂਡ ਪੂਣੇ ਬੁੱਗੂ 'ਚ ਨਹੀਂ ਪੂਣੇ ਨੂੰ ਸੋਹਣਾ ਕਾਹਦੇ ਨਾ ਕੀਤਾ ਟੇਬਲ ਸਾਹਿਬ ਟੇਬਲ ਲੈ ਤੋ ਲੀਕਾਂ ਪੈ ਗਈਆਂ ਹੋਣੀਆਂ ਫਿਰ ਮੈਂ ਤਾਂ ਖਾ ਲਈ ਹੈ ਰੋਟੀ ਮੰਮੀ ਖਾਂਦੇ ਪਏ ਅੱਜ ਮੈਂ ਇੱਧਰ ਆ ਗਈ ਭੂਆ ਅੱਗੇ ਮੈਂ ਆਵਾਜ਼ ਮਾਰੀ ਮੈਂ ਕਿਹਾ ਹਰਗੁਣ ਕਹਿੰਦੀ ਹਾਂ ਹਾਂਜੀ ਹਰਗੁਣ ਹਰਗੁਣ ਹਾਂਜੀ ਹੁਣ ਤੇ ਕਹਿਣਾ ਹਾਂਜੀ ਸੋਹਣੀ ਲੱਗਦੀ ਇਹ ਕੀ ਵਿਖਾਉਣ ਡੇ ਪਹਿਲੇ ਲੈਣ ਵੀ ਸਰਦੀਆਂ ਆਈਆਂ ਨੀ ਇੱਧਰ ਚਾਹ ਲਿਆਂਦੀ ਗਲਾਸਾਂ ਚ ਇਹ ਪੁਰਾਣੇ ਰਿਵਾਜ ਬੀਬੀਆਂ ਗਲਾਸਾਂ ਚ ਚਾਹ ਪੀਂਦੀਆਂ ਸੀ ਕੱਪ ਚ ਸਹੀ ਗੱਲ ਉਹਦੇ ਚ ਸਦਕਾ ਜੇ ਹੁਣ ਕੱਪਾਂ ਜਿੱਦਣ ਕਿਤੇ ਗਲਾਸਾਂ ਦਾ ਨਾ ਸਦਕਾ ਆ ਫਿਰ ਇਹਨਾਂ ਨੂੰ ਜੱਗ ਚ ਆਉਣਾ ਸਦਕਾ ਸਹੀ ਗੱਲ ਇਹ ਕੀ ਆ ਲੈ ਇਹ ਕਿੰਨੇ ਦੀ ਆਈ 20 ਦੀ ਹੋਰ ਕੀ ਚਾਹੀਦਾ ਲੋਕੀ ਅੰਦਰ ਮੋਬਾਈਲ ਦਿੰਦੇ ਤੇ ਉਹ ਕਿੱਥੇ ਵੇਖਣ ਡਈ ਜਾ ਉਹਦੇ ਆਏ ਬੱਬਾ ਗੱਲਾਂ ਨਹੀਂ ਕੋਈ ਕਰਦਾ ਗੱਲਾਂ ਨਹੀਂ ਕਰਦਾ ਸੋਹਣੇ ਨਾਲ ਕੋਈ ਹਾਂਜੀ ਕੀ ਗੱਲਾਂ ਕਰਾਂ ਕੀ ਗੱਲਾਂ ਕਰਾਂ ਸੋਹਣੇ ਨਾਲ ਹਾਂਜੀ ਖਿਡੌਣੇ ਨਹੀਂ ਲੱਭਦੇ ਵੀ ਬਾਗ ਦੇ ਘੁੰਮਣ ਵਾਲੇ ਹਾਂ ਕੀ ਆ ਕੀ ਆ ਕਿੱਥੇ ਜਾਣਾ ਵਾ ਗੱਲਾਂ ਨਹੀਂ ਕਰਦਾ ਸੋਹਣੇ ਨਾਲ ਕੋਈ ਗੱਲਾਂ ਨਹੀਂ ਕਰਦਾ ਸੀ ਸੋਹਣੇ ਨਾਲ ਹਾਂਜੀ ਹਾਂ ਕਹਿੰਦਾ ਮੈਨੂੰ ਕੋਕਲਾ ਕਹਿੰਦਾ ਬੱਚੀ ਪਾ ਲਓ
ਹਰਭਜਨ ਸਿੰਘ ਗੱਲਾਂ ਕਰਦਾ ਉਧਰ ਹਰਗੁਣ ਤੰਗ ਕਰੀ ਜਾਂਦੀ ਹਰਗੁਣ ਕਿੱਥੇ ਜਾਣਾ ਵਾ ਬਾ ਕੀ ਆ ਬਾ ਕੀ ਸੀ ਨਹਾਈ ਧੋਈ ਕਰ ਲਈ ਓ ਇੱਧਰ ਮੰਮੀ ਬੈਠੇ ਸਬਜ਼ੀ ਕੱਟਦੇ ਪਏ ਚਲੋ ਅੱਜ ਤੂੰ ਸਾਡੀ ਕਰਾਇਆ ਮੈਂ ਕਰੂੰਗਾ ਦਸ ਬਾਰਾਂ ਪੰਦਰਾਂ ਗੱਲਾਂ ਆਓ ਹਾਂਜੀ ਨਾ 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 ਕਹਿੰਦਾ ਗੱਲਾਂ ਕਰੀ ਜਾਓ ਚਲੋ ਚਲੋ ਕਰੀ ਗੱਲਾਂ ਬਹੁਤ ਸਾਰੀਆਂ ਚਲੋ ਜੀ ਬਹੁਤ ਸਾਰੀਆਂ ਗੱਲਾਂ ਮਤਾਂ ਹਾਂਜੀ ਜਾਣਾ ਬੰਦਾ ਥੱਕ ਜਾਂਦਾ ਦੋ ਮਿੰਟ ਕਰੇ ਮੈਂ ਦੋ ਮਿੰਟ ਕੱਢ ਲਿਆ ਕਰ ਯਾਰ ਦੋ ਮਿੰਟ ਰੋਟੀ ਖਾ ਲਈ ਰਾਜੇ ਰੋਟੀ ਖਾਣੀ ਭੁੱਲ ਗਈ ਕਹਿੰਦਾ ਟੋਟੀ ਚਿੜੀਆ ਰਾਣੀ ਵੇਖਣਾ ਲਾਕਡ ਮੋਲ 'ਚ ਟੀਵੀ 'ਚ ਅੱਛਾ ਤੂੰ ਵਹਿੰਦਾ ਤਾਂ ਨਹੀਂ ਤੂੰ ਵਹਿੰਦਾ ਤਾਂ ਨਹੀਂ ਆ ਹੈਂ ਬੁੱਗੀ ਚ ਹੱਥ ਨਹੀਂ ਪਾਉਣਾ ਗੁੱਡ ਬੁਆਏ ਨੀ ਬਣਨਾ ਗੁੱਡ ਬੁਆਏ ਸੋਹਣੇ ਨੇ ਲੈ ਵੀ ਟਾਈਮ ਹੋ ਗਿਆ 8:30 ਦਾ ਰਾਤ ਤੇ ਵੀ ਪੀ ਆਰ ਕਰਕੇ ਕਹਿੰਦਾ ਖਤਮ ਕਰਕੇ ਜਾਣਾ ਛੱਤ ਆਪਾਂ ਲਾਤੀ ਹੈ ਕਿਉਂਕਿ ਐਂ ਅੱਜ ਦਾ ਕੰਮ ਮੁੱਕ ਜਾਵੇ ਚੰਗੀ ਗੱਲ ਸਹੀ ਗੱਲ ਵਾ ਕੇ ਪਰ ਘੰਟਾ 10 ਰੁਪਈਏ ਚਲ ਵੀ ਆਹ ਸਪੋਟਾਂ ਮਾਰਦੇ ਹਾਂ ਇਹ ਆਹ ਪੂਰਾ ਫਿਲਟਰ ਪੈਨਲ ਲੱਗਣੇ ਸਾਰੇ ਤੇ ਬਾਕੀ ਆ ਇੱਥੇ ਐਲ ਈ ਡੀ ਲਾਉਣ ਵਾਸਤੇ ਆਪਾਂ ਹੈਗੇ ਕਰ ਲਾਂਗੇ ਪਲਾਈ ਚਲੋ ਕੋਈ ਗੱਲ ਨਹੀਂ ਵਧੀਆ ਹੋਰ ਕੋਈ ਕਹਿ ਦੇ ਲੂਅਰ ਲਾਉਣੇ ਕਰਤੇ ਸ਼ੁਰੂ ਲੈ ਵੀ ਚੱਲ ਵੀ ਆਪਾਂ ਘਰ ਨੂੰ ਵਾਪਸ ਟਾਈਮ ਹੋ ਗਿਆ 11:30 ਦਾ ਮਿਲਦੇ ਹਾਂ ਤੁਹਾਨੂੰ ਘਰ ਜਾ ਕੇ ਪਹੁੰਚ ਗਏ ਆਪਾਂ ਘਰ ਟਾਈਮ ਹੋ ਗਿਆ 11:30 ਵੱਜ ਚੁੱਕੇ ਅਤੇ ਲੇਟ ਹੋ ਗਿਆ ਥੋੜ੍ਹਾ ਕਮਰਾ ਰੈਡੀ ਕਰਤਾ ਆਪਾਂ ਅਤੇ ਸਵੇਰੇ ਆਪਾਂ ਜਾਣਾ ਮਜੀਠੇ ਅਤੇ ਉਹਦੇ ਚੱਕਰ ਦੇ ਵਿੱਚ ਫਿਰ ਆਪਾਂ ਉੱਥੋਂ ਕੰਮ ਖਤਮ ਕਰਤਾ ਕਿਉਂਕਿ ਥੋੜ੍ਹਾ ਉਹਨਾਂ ਦਾ ਕੰਮ ਰਹਿ ਗਿਆ ਉਹ ਆਪਾਂ ਇੱਕ ਅੱਧੇ ਦਿਨ 'ਚ ਮਤਲਬ
ਹਫ਼ਤੇ 10 ਦਿਨ ਤੱਕ ਜਾਵਾਂਗੇ ਕੰਪਲੀਟ ਕਰਕੇ ਅਤੇ ਫਿਰ ਨੈਕਸਟ ਵਲੌਗ 'ਚ ਬਾਬਾ ਗੁੱਡ ਨਾਈਟ ਰੱਬ ਰੱਖਾ।